ਇਸ ਵੇਲੇ ਸਾਡੇ ਨਾਲ ਬਲਬੀਰ ਸਿੰਘ ਸਿੱਧੂ ਨੇ ਜਿਹੜੇ ਕਿ ਸਿਹਤ ਮੰਤਰੀ ਤੋਂ ਸਾਬਕਾ ਸਿਹਤ ਮੰਤਰੀ ਹੋ ਗਏ ਆ ਪ੍ਰੈਸ ਕਾਨਫਰੰਸ ਵੀ ਸਾਰਿਆਂ ਨੇ ਸੁਣੀ ਐ ਦਰਦ ਵੀ ਛਲਕਿਆ ਕਿ ਪਹਿਲਾਂ ਆਖਰ ਦੱਸ ਦਿੰਦੇ ਗੱਲਬਾਤ ਕਰਾਂਗੇ ਸਿੱਧੂ ਸਾਹਿਬ ਕੀ ਮਹਿਸੂਸ ਐ ਇਸ ਵੇਲੇ ਕਰ ਰਹੇ ਹੋ ਕਿਉਂਕਿ ਦੂਜੇ ਪਾਸੇ ਚੰਨੀ ਹੋਰਾਂ ਦੀ ਨਵੀਂ ਵਜ਼ਾਰਤ ਸੱਜ ਚੁੱਕੀ ਉਹਦੇ ਵਿੱਚ ਤੁਹਾਡਾ ਨਾਮ ਨਹੀਂ ਸੀ ਇਦਾਂ ਹੁੰਦਾ ਕਿ ਵੀ ਉਹ ਤਾਂ ਚਲੋ ਇੱਕ ਜੋ ਪ੍ਰੋਮਪਰਾ ਸੀ ਜਾਂ ਜੋ ਜਿਸ ਤਰ੍ਹਾਂ ਦਾ ਪ੍ਰੋਗਰਾਮ ਸੀਗਾ ਬਾਜ਼ਾਰਤਾਂ ਨਵੀਂ ਬਣਨੀ ਸੀ। ਹੋਰ ਜਿਹੜੇ ਸਾਰੇ ਵੀਰੇ ਨਵੇਂ ਸਾਥੀ ਉੱਥੇ ਆਏ ਨੇ ਸਾਡੇ ਲਈ ਐਮਐਲਏ ਮੈਂ ਉਹਨਾਂ ਨੂੰ ਵੀ ਵਧਾਈ ਵੀ ਦੇਣੀ ਚਾਹੁੰਦਾ। ਕਿ ਉਹਨਾਂ ਨੂੰ ਵੀ ਇੱਕ ਚਾਂਸ ਮਿਲਿਆ। ਔਰ ਪਲੱਸ ਮੈਂ ਚੰਨੀ ਸਾਹਿਬ ਨੂੰ ਵੀ ਵਧਾਈ ਦੇਣੀ ਚਾਹੁੰਦਾ ਕਿ ਉਹਨਾਂ ਨੇ ਅਸੀਂ ਵਜ਼ਾਰਤ ਆਪਣੇ ਬਣਾਈ ਹੈ ਸਿਰ ਸਾਹਿਬ ਕਾਰਨ ਕੀ ਰਿਹਾ ਮਤਲਬ ਬਹੁਤ ਸਾਰੇ ਪੁਰਾਣੇ ਸਾਥੀ ਜਿਹੜੇ ਤੁਹਾਡੇ ਸੀਗੇ ਉਸ ਵਜ਼ਾਰਤ ਦੇ ਵਿੱਚ ਸੀ ਜੋ ਕੈਪਟਨ ਮਰਿੰਦਰ ਸਿੰਘ ਸੀ ਉਹ ਲਏ ਗਏ ਪਰ ਤੁਹਾਡੇ ਨਾਂ ਤੇ ਕੀ ਇਤਰਾਜ ਹੈ ਤੁਸੀਂ ਪ੍ਰਾਪਤੀਆਂ ਗਿਣਾਰੇ ਸੀ ਮੈਂ ਤੁਹਾਡੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਵੀ ਇੰਨਾ ਕੰਮ ਕੀਤਾ ਉਹਦੇ ਬਾਵਜੂਦ ਵੀ ਫਿਰ ਇਹ ਕੰਮ ਕਿਉਂ ਮੈਨੂੰ ਦੁੱਖ ਤੁਸੀਂ ਕਹਿੰਨਾ ਵੀ ਥੋੜਾ ਜਿਹਾ ਰੋਸ ਵਿੱਚ ਸਲਕਿਆ ਉਹ ਹੀ ਮੇਰਾ ਮਨ ਦੁੱਖ ਇਸੇ ਗੱਲ ਦਾ ਹੈ ਕਿ ਮੈਂ ਪਿਛਲੇ 3 ਸਵਾ 3 ਸਾਲ ਦੇ ਵਿੱਚ ਇੰਨਾ ਕ ਜਿਆਦਾ ਕੰਮ ਕੀਤਾ ਮੈਂ ਆਪਣੀ ਲਾਈਫ ਦੀ ਪਰਵਾਹ ਨਹੀਂ ਕੀਤੀ ਆਪਣਾ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਮੈਂ ਡੇਢ ਸਾਲ ਤੋਂ ਲਗਾਤਾਰ ਜਿਹੜਾ ਕਰੋਨਾ ਸੀ ਉਹਦੇ ਨਾਲ ਐ ਜਿਵੇਂ ਇੱਕ ਫੌਜ ਦਾ ਸਿਪਾਹੀ ਬਾਰਡਰ ਤੇ ਲੜਾਈ ਲੜਦਾ ਹੈ ਇਹਨਾਂ ਹਾਲਾਤਾਂ 'ਚ ਮੈਂ ਲੜਾਈ ਲੜੀ ਆ ਤੁਸੀਂ ਸਾਰੇ ਦੇਖੋ ਕਿ ਮੈਂ ਕਿਵੇਂ ਪਿਛਲੇ ਪਾਸੇ ਬੈਠ ਕੇ ਜਾਂ ਪੂਰੇ ਲਾਂਚ 'ਚ ਬੈਠ ਕੇ ਲੋਕਾਂ ਨੂੰ ਔਰ 5 500 ਬੰਦਰ ਨੂੰ ਫੇਰ ਮੈਨੂੰ ਰੋਜ਼ ਮਿਲਦਾ ਰਿਹਾ ਔਰ ਮੈਂ ਇੱਕ ਦਿਨ ਵੀ ਆਪਣਾ ਲੋਕਾਂ ਦੀ ਮਿਲਣੀ ਬੰਦ ਨਹੀਂ ਕੀਤੀ ਔਰ ਇੱਕ ਦਿਨ ਵੀ ਮੈਂ ਆਪਣੇ ਜਿਹੜੇ ਹਸਪੀਟਲਾਂ ਤੇ ਜਾਣਾ ਜਾਂ ਉਹ ਨਹੀਂ ਬੰਦ ਕੀਤਾ ਪਲੱਸ ਰੋਜ਼ ਕੋਵਿਡ ਦੇ ਰਿਵਿਊ ਮੀਟਿੰਗਾਂ ਕੋਵਿਡ ਵਾਸਤੇ ਨਵੇਂ ਜਿਹੜੇ ਜਿੰਨੇ ਸਾਨੂੰ ਗਾਈਡਲਾਈਨ ਆਉਂਦੀਆਂ ਸਨ ਨੂੰ ਇੰਪਲੀਮੈਂਟ ਕਰਨਾ ਬਕਾਇਦਾ ਕੋਈ ਬੈੱਡਾਂ ਦਾ ਪ੍ਰਬੰਧ ਆਕਸੀਜਨ ਦੀ ਸ਼ਾਰਟੇਜ ਆ ਹੋਰ ਸ਼ਾਰਟੇਜ ਆ ਹਰ ਤਰ੍ਹਾਂ ਦਾ ਜਿਹੜੇ ਹਰਮਾ ਵਰਤ ਕੇ ਲੋਕਾਂ ਨੂੰ ਇੱਕ ਅੱਛੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਪ੍ਰਿਆਰ ਦੇ ਲੋਕਾਂ ਨੂੰ ਕਿਵੇਂ ਸੇਫ ਕਰਾਂ ਰਾਤ ਨੂੰ ਬਲਕਿ ਮੈਂ ਇੱਥੇ ਤੱਕ ਵੀ ਸੀ ਕਿ ਇਹ ਹਾਲਾਤ ਇਹਨਾਂ ਜਿਆਦਾ ਵਿਗੜ ਚੁੱਕੇ ਸੀ ਕਿ ਮੈਨੂੰ ਜਿਹੜਾ ਆਪਣਾ ਪਰਸਨਲ ਨੰਬਰ ਆ ਉਹ ਵੀ ਹੈਲਪਲਾਈਨ ਵਾਸਤੇ ਦੇਣਾ ਪਿਆ ਕਿ ਜੇ ਕਿਸੇ ਨੂੰ ਕੋਈ ਦਿੱਕਤ ਹੈਗੀ ਤੁਸੀਂ ਮੈਨੂੰ ਇਸ ਮੇਰੇ ਫੋਨ ਤੇ ਰਿੰਗ ਕਰ ਸਕਦੇ ਹੋ ਤੇ ਉਸ ਸੰਕੜੇ ਕਾਲਾ ਇੱਕ ਦਿਨ ਚ ਮੈਂ ਰਿਸੀਵ ਕੀਤੀਆਂ ਔਰ ਬਕਾਇਦਾ ਉਹਨਾਂ ਨਾਲ ਜਸਮਾਦਨ ਕੀਤਾ ਯਾਨਕਿ ਜਦੋਂ ਫਰਦੀ ਅੱਗ ਦੇ ਵਿੱਚ ਸਾਰੇ ਲੋਕ ਆਰਾਮ ਕਰ ਰਹੇ ਸੀ ਸਾਡੇ ਸਾਥੀ ਔਰ ਕਿਸੇ ਨੂੰ ਕੋਈ ਇਸ ਗੱਲ ਦੀ ਨਹੀਂ ਸੀ ਕੋਈ ਆਪਣੇ ਹਲਕੇ ਤੋਂ ਬਾਹਰ ਨਹੀਂ ਜਾਂਦਾ ਆਪਣੇ ਘਰ ਤੋਂ ਬਾਹਰ ਨਹੀਂ ਜਾਂਦਾ ਉਸ ਵੇਲੇ ਮੈਂ ਫਰੰਟ 'ਤੇ ਲੜਾਈ ਲੜੀ ਤੇ ਮੈਨੂੰ ਕੀ ਮੇਰੇ ਪਹਿਲਾਂ ਵਾਲੇ ਸੀਐਮ ਨੇ ਬਕਾਇਦਾ ਮੈਨੂੰ ਇਹ ਕਿਹਾ ਸੀ ਬਲਵੀਰ ਤੁਹਾਡਾ ਨਾਮ ਹੈ ਇਹ ਕਿ ਜੇ ਪਦਮ ਸ਼੍ਰੀ ਵਾਰਡ ਵਾਸਤੇ ਰਿਕਮੈਂਡ ਕਰਕੇ ਭੇਜਾਂਗੇ ਤੁਸੀਂ ਇਨਾ ਕੰਮ ਕੀਤਾ ਤੁਹਾਡੇ ਕੰਮ ਦੀ ਮੰਤਰੀ ਪਦਰ ਤੇ ਸ਼ਲਾਘਾ ਹੋਈ ਦੁਨੀਆ ਦੇ ਵਿੱਚ ਉਹਨੂੰ ਸਰਾਇਆ ਗਿਆ ਤੁਹਾਡਾ ਕੈਨੇਡਾ ਦੇ ਵਿੱਚ ਵੀ ਜ਼ਿਕਰ ਹੋਇਆ ਹੋਰ ਮੁਲਕਾਂ ਦੇ ਵਿੱਚ ਵੀ ਜ਼ਿਕਰ ਹੋਇਆ ਕਿ ਉੱਥੇ ਦਾ ਸਿਹਤ ਮੰਤਰੀ ਵੇਖੋ ਸਵਾਲ ਉੱਥੇ ਦਾ ਉੱਥੇ ਖੜਾ ਸਿੱਧੂ ਸਾਹਿਬ ਕੰਮ ਦੀ ਸ਼ਲਾਘਾ ਮੁਲਕ ਦੇ ਪ੍ਰਧਾਨ ਮੰਤਰੀ ਕਰਦੇ ਆ ਵਜ਼ੀਰ ਆਜ਼ਮ ਤੋਂ ਲੈ ਕੇ ਕ ਮੰਤਰੀ ਪੱਧਰ ਦੇ ਹੋਰ ਮੁਲਕਾਂ ਦੇ ਵਜ਼ੀਰ ਕਰਦੇ ਆ ਪਰ ਆਪਣਿਆਂ ਨੇ ਜਿਹੜੇ ਕਹਿੰਦੇ ਕਿ ਅਸੀਂ ਕਦਰਦਾਨ ਆ ਕਦਰਦਾਨਾਂ ਨੇ ਮਿਹਰਬਾਨਾਂ ਨੇ ਕਦਰ ਕਿਉਂ ਨਹੀਂ ਜਾਣੀ ਪਤਾ ਨਹੀਂ ਉਹਦੀ ਕੀ ਮਜਬੂਰੀ ਹੋ ਸਕਦੀ ਹੈ ਪਰ ਮੈਂ ਮੈਨੂੰ ਆਪਣੇ ਕੰਮ ਦੀ ਤਸੱਲੀ ਹੈ ਮੈਂ ਜੋ ਲੋਕਾਂ ਦੀ ਸੇਵਾ ਕੀਤੀ ਉਹਦੀ ਤਸੱਲੀ ਹੈ ਮੈਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਜੋ ਪਿਆਰ ਮਿਲਿਆ ਅੱਜ ਪੰਜਾਬ ਦੇ ਵਿੱਚੋਂ ਜਦੋਂ ਇਹ ਮੇਰਾ ਉਹਨਾਂ ਨੇ ਥੋੜਾ ਜਿਹਾ ਮੇਰੇ ਭਾਪਕ ਹੋ ਗਿਆ ਸੀ ਉਹਨਾਂ ਨੇ ਦੇਖਿਆ ਤਾਂ ਮੈਨੂੰ ਇੰਨੇ ਟੈਲੀਫੋਨ ਆਏ ਕਿ ਤੁਸੀਂ ਚਿੰਤਾ ਨਾ ਕਰੋ ਜੀ ਤੁਹਾਡੇ ਨਾਲ ਐਨੇ ਜਰਨਲ ਵਗੈਰਾ ਦੇ ਮੈਨੂੰ ਮੈਸੇਜ ਆਏ ਨੇ ਕਿ ਜਿਹੜੇ ਇਹ ਜਦੋਂ ਸਾਫ਼ ਬਿਲਕੁਲ ਨਿਸ਼ਚਿਤ ਰੋ ਜੀ ਤੁਹਾਡੇ ਨਾਲ ਆ ਤੁਸੀਂ ਦੁਬਾਰਾ ਫਿਰ ਬੜੀ ਮਦਦ ਮਾ ਦੇ ਦਿੱਤੀ ਕਿਹਾ ਹੋਵੇ ਔਰ ਤੁਹਾਨੂੰ ਫਿਰ ਸੇਵਾ ਕਰਨ ਦਾ ਮੌਕਾ ਮਿਲੇਗਾ ਕੀ ਹਾਈ ਕਮਾਂਡ ਤੋਂ ਕਿਸ ਦਾ ਫੋਨ ਆਇਆ ਹਾਈ ਕਮਾਂਡ ਦਾ ਮੈਨੂੰ ਕੋਈ ਫੋਨ ਨਹੀਂ ਆਇਆ ਨਾ ਮੈਨੂੰ ਜੋ ਕੋਈ ਮੈਨੂੰ ਪਤਾ ਵੀ ਨਹੀਂ ਆਇਆ ਹੋਵੇ ਕਿ ਮੇਰੇ ਪੀਐਨ ਆ ਫੋਨ ਸੁਣਿਆ ਹੋਣਾ ਲੇਕਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਜਦੋਂ ਹਾਈ ਕਮਾਂਡ ਦੇ ਕੀ ਫੋਨ ਕਰਨਾ ਸੀ ਉਹਨਾਂ ਨੇ ਆਲਰੇਡੀ ਆਪਣਾ ਸਾਰਾ ਸਿਸਟਮ ਕਰ ਲਿਆ ਸੀਗਾ ਪਰ ਲੇਕਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਹਾਈ ਕਮਾਂਡ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਜਿਹੜੇ ਬੰਦੇ ਨੇ ਕੰਮ ਕੀਤਾ ਕੀ ਕੀਤਾ ਜਾਂ ਉਹਦੇ ਕੀ ਉਹਨੂੰ ਰਿਜ਼ਲਟ ਕੀ ਉਹਦਾ ਕੀ ਹੈ ਉਦੋਂ ਪਹਿਲਾਂ ਉਹਨੂੰ ਕਾਉਂਸਲਰਾਂ ਕੋਲ ਪੁੱਛ ਜ਼ਰੂਰ ਲੜਦੇ ਜੇ ਭਾਈ ਤੇ ਉਸ ਇਸ ਕਰਕੇ ਅਜਾਜੋਂ ਕੱਢ ਰਹੇ ਆ ਕਿ ਤੇਰਾ ਅਕਸੂਰ ਹੈਗਾ ਇਹ ਜਿਹੜਾ ਦੁੱਖ ਹੈ ਇਹ ਜਿਹੜੀ ਪੀੜਾ ਹੈ ਇਹਦੀ ਤਕਲੀਫ ਹੈ ਇਹ ਕਿੱਥੇ ਤੱਕ ਜਾਏਗੀ ਮੈਨੂੰ ਇਹ ਦੁੱਖ ਮੈਨੂੰ ਉਹ ਪਰ ਦੂਵੇ ਹਲਦ ਦੀ ਦੁਕਾਨ ਮੈਂ ਕੱਲ ਗਿਆ ਤੇ ਉਸ ਤੋਂ ਬਾਅਦ ਅੱਜ ਵੀ ਮੈਨੂੰ ਸੰਕੜੇ ਲੋਕ ਆ ਕੇ ਮਿਲੇ ਸਵੇਰੇ ਅਖਬਾਰਾਂ ਛਪ ਗਿਆ ਕਿ ਫਰਾਨੇ ਫਰਾਨੇ ਬੰਦੇ ਮੰਤਰੀ ਬਣ ਰਹੇ ਨੇ ਉਹਨਾਂ ਦੀ ਨਿਰਾਸ਼ਾ ਨਹੀਂ ਮਤੋਂ ਚਲੀ ਗਈ ਉਹਦੀ ਨਿਰਾਸ਼ਾ ਇੰਨੀ ਜ਼ਿਆਦਾ ਹੋਈ ਕਿ ਤੁਸੀਂ ਸਾਡੀ ਵੀ ਪਰਵਾਹੀ ਕੀਤੀ ਸਾਡੇ ਵਾਸਤੇ ਇਹਨਾਂ ਕੰਮ ਕੀਤਾ ਤੁਸੀਂ ਸਾਡੇ ਸ਼ਾਇਦ ਬਹੁਤ سارے ਪ੍ਰੋਗਰਾਮ ਇਸ ਵੀ ਕੀਤੇ ਪਰ ਤੁਸੀਂ ਪ੍ਰਾਇਰਟੀ ਦਿੱਤੀ ਆਪਣੀ ਆਪਣੀ ਡਿਊਟੀ ਨੂੰ ਤੇ ਪਰ ਤੁਹਾਨੂੰ ਅੱਜ ਉਹ ਨਹੀਂ ਨਾ ਸਾਨੂੰ ਇਸ ਕਾਰਨ ਬਹੁਤ ਵੱਡਾ ਦੁੱਖ ਹੈ ਲੋਕਤੰਤਰ ਚ ਲੋਕ ਸਭ ਤੋਂ ਵੱਡੀ ਤਾਕਤ ਹੁੰਦੇ ਆ ਵੋਟ ਸਭ ਤੋਂ ਵੱਡੀ ਤਾਕਤ ਹੈ ਤੁਹਾਡੇ ਲੋਕ ਤੁਹਾਡੇ ਸਮਰਥਕ ਜੇ ਕਹਿਣਗੇ ਕਿ ਨਹੀਂ ਹੁਣ ਖੁੱਲ ਕੇ ਚੱਲੀਏ ਆਜ਼ਾਦ ਹੋ ਕੇ ਚੱਲੀਏ ਵਾਖ ਖੁੱਲ ਕੇ ਚੱਲੋਗੇ ਆਜ਼ਾਦ ਹੋ ਕੇ ਨੀ ਗੱਲ ਇਹ ਮੈਂ ਬੰਦੋਗ ਦਾ ਕਰ ਚੱਲਿਆ ਹੀ ਨਹੀਂ ਸਿੱਧੀ ਜੀ ਗੱਲ ਹੈ ਮੈਂ ਕਾਂਗਰਸ ਪਾਰਟੀ ਦੀ ਪਰੰਪਰਾ ਤੋਂ ਕਹਿ ਰਿਹਾ ਮੈਂ ਨਹੀਂ ਪਾਰਟੀ ਦੀ ਪਰੰਪਰਾ ਤੋਂ ਬਾਹਰ ਮੈਂ ਨਹੀਂ ਜਾਂਦਾ ਔਰ ਨਾ ਮੇਰਾ ਇਹ ਏਸੂਲ ਹੈ ਮੈਂ ਪਰ ਪਾਰਟੀ ਪਲੇਟਫਾਰਮ ਦੇ ਉੱਤੇ ਜਿੱਥੇ ਕਿ ਤੁਹਾਨੂੰ ਮੈਨੂੰ ਮੌਕਾ ਮਿਲੂਗਾ ਮੈਂ ਪੂਰੇ ਆਪਣੇ ਵਾਅਦੇ ਬਣਾ ਕਰੂੰਗਾ ਵੀ ਆ ਤੁਸੀਂ ਮੈਨੂੰ ਦੱਸੋ ਇਹ ਮੈਨੂੰ ਕਿਉਂ ਇਹ ਸਜ਼ਾ ਦਿੱਤੀ ਹੈ ਮੇਰੇ ਸਜ਼ਾ ਦਾ ਕਾਰਨ ਦੱਸੋ ਕੀ ਹੈ ਕਿ ਮੈਂ ਕੀ ਪਾਪ ਕੀਤਾ ਜਿਹੜਾ ਤੁਸੀਂ ਮੈਨੂੰ ਇਹ ਐਕਟੀਵਿਟੀ ਸਜ਼ਾ ਦਿੱਤੀ ਹੈ ਜਾਂ ਮੈਂ ਇਹ ਨਹੀਂ ਕਿਹਾ ਸਜ਼ਾ ਤੁਸੀਂ ਮੈਨੂੰ ਦੇ ਦਿੰਦੇ ਕੋਈ ਗੱਲ ਨਹੀਂ ਸੀ ਮੈਨੂੰ 10 ਦਿਨ ਪਹਿਲਾਂ ਕਹਿੰਦਾ ਅਸਤੀਫਾ ਅਸਤੀਫਾ ਦੇਣਾ ਸੀਗਾ ਤੇ ਫਿਰ ਮੈਂ ਆਪਣੇ ਜਿਹੜੇ ਮੇਰੇ ਹਲਕੇ ਦੇ ਲੋਕਾਂ ਨੂੰ ਮੈਂ ਪੁੱਛਦਾ ਵੀ ਭਾਈ ਇਹ ਮੈਨੂੰ ਦੇਣਾ ਪੈਣਾ ਜ਼ਰੂਰੀ ਹੈ ਮੈਨੂੰ ਉਹਨਾਂ ਲੋਕਾਂ 'ਚ ਖੁਸ਼ੀ ਹੁੰਦੀ ਅੱਜ ਲੋਕਾਂ ਨੂੰ ਸ਼ਾਇਦ ਇਸ ਗੱਲ ਦੀ ਸ਼ੰਕਾ ਲੋਕ ਇਹਨਾਂ ਨੇ ਖੜੀ ਕਰਤੀ ਸੀ ਕਰ ਜੇ ਮੈਂ ਪ੍ਰੈਸ ਕਾਨਫਰੰਸ 'ਤੇ ਨਾ ਕਰਦਾ ਕਿ ਸ਼ਾਇਦ ਸਾਡੇ ਬੰਦੇ 'ਤੇ ਕੋਈ ਦਾਗ ਲੱਗੇਗਾ ਜੇ ਕੋਈ ਦਾਗਾ ਤਾਂ ਮੈਨੂੰ ਦੱਸੜੂ ਜੇ ਕੋਈ ਦੱਸੜੂ ਹਾਂ ਤਾਂ ਅਦਾਗਾ ਤਾਂ ਕਰਕੇ ਸੀ ਕਰ ਰਹੇ ਹਾਂ ਕਿ ਤੇਰੇ ਪਰਿਵਾਰ 'ਤੇ ਕੋਈ ਦਾਗ ਹੈ ਜੇ ਤੋ ਉਹ ਹੈ ਜੀ ਗਊਸ਼ਾਲਾ ਗਊਸ਼ਾਲਾ ਤਾਂ ਇੱਕ ਪੁੰਨ ਦਾ ਕੰਮ ਹੈ ਸੈਂਟਰ ਗਵਰਨਮੈਂਟ ਦੀ ਪਾਲਿਸੀ ਹੈ ਸਟੇਟ ਗਵਰਨਮੈਂਟ ਦੀ ਪਾਲਿਸੀ ਹੈ ਮੈਂ ਬਣਾ ਕੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਇੱਕ ਐਸੀ ਸਹੂਲਤ ਦਿੱਤੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ 4-5 ਮੌਤਾਂ ਗਊਆਂ ਨਾ ਹੋਈਆਂ ਲੇਕਿਨ ਕੀ ਜੇ ਮਾਇਕ ਉਸ ਜਮੀਨ ਲੀਸ ਤੇ ਲੈ ਕੇ ਇੱਕ ਟਰਸਟ ਬਣਾ ਕੇ ਉਹਦੇ ਵੱਡੇ ਵੱਡੇ ਇੰਡਸਟਰੀਆਂ ਨਾਲ ਜੋੜ ਕੇ ਪਾਪ ਕਰਤਾ ਹੈ ਜਾਂ ਜਿੰਨੀਆਂ ਅੱਜ ਤੱਕ ਗਊਸ਼ਾਲਾ ਬੜੀਆਂ ਕਿਉਂ ਸਾਰੇ ਲੋਕਾਂ ਦੀ ਕਿਹੜੀ ਜ਼ਮੀਨਾਂ ਚ ਬੜੀਆਂ ਹੋਈਆਂ ਨੇ ਉਹ ਸਾਰੀਆਂ ਹੀ ਸਰਕਾਰੀ ਜਿਵੇਂ ਨਾਲ ਸ਼ਹਾਵਤਾ ਦੇ ਬੜੀਆਂ ਹੋਈਆਂ ਨੇ ਔਰ ਬਾਕਾਇਦਾ ਜਿੰਨੀਆਂ ਕੋਈ ਗਊ ਆਪਣੇ ਸੰਤ ਮਹਾਰਾਜ ਚਲਾ ਰਹੇ ਸਾਰੇ ਉੱਥੇ ਚਲਾ ਰਹੇ ਨੇ ਤੇ ਜੇ ਇੱਕ ਪੋਲੀਟੀਕਲ ਬੰਦੇ ਲੋਕ ਅੱਛਾ ਕੰਮ ਕਰਤਾ ਉਹਨੂੰ ਤੁਸੀਂ ਨਿੰਦੋਗੇ ਸਭ ਤੋਂ ਵੱਡਾ ਰੋਸ ਕਿਸ ਨਾਲ ਹੈ ਮੋੜ ਕਿੱਥੋਂ ਵੱਜਿਆ ਤੁਹਾਨੂੰ ਵਿਜ਼ਾਰਤ ਤੋਂ ਬਾਹਰ ਸਭ ਤੋਂ ਵੱਡਾ ਰੋਸ ਆਪਣੇ ਹਾਈ ਕਮਾਂਡ ਨਾਲ ਹੈ ਹਾਈ ਕਮਾਂਡ ਨੂੰ ਕੋਈ ਨਾ ਕੋਈ ਉਹਨਾਂ ਦੇ ਅੱਗੇ ਮੰਚੇ ਗੱਲ ਜਰੂਰ ਹੈ ਕਿ ਉਹਨਾਂ ਨੇ ਮੈਨੂੰ ਰੋਸ ਇਸ ਗੱਲ ਦਾ ਕਿ ਉਹਨਾਂ ਨੇ ਮੇਰਾ ਕੰਮ ਨਹੀਂ ਦੇਖਿਆ ਉਹਨਾਂ ਨੇ ਮੇਰੇ ਜਿਹੜੇ 2.5 ਡੇਢ ਸਾਲ ਦੀ ਬਾਰੇ ਜਿਹੜੀ ਕਮਾਈ ਸੀ ਉਹਨਾਂ ਨੇ ਜੋ ਜੋ ਮੇਰਾ ਕਰੋਨਾ ਦੌਰਾਨ ਜੋ ਮੇਰੀ ਤੁਸੀਂ ਆਪ ਤੁਸੀਂ ਆਪ ਮੈਨੂੰ ਲਾਈਵ ਵੀ ਦੇਖਿਆ ਤੁਸੀਂ ਮੈਨੂੰ ਆਪ ਮੈਨੂੰ ਕਰੋਨਾ ਵੀ ਪੀੜਤ ਵੀ ਦੇਖਿਆ ਮੇਰੇ ਪਰਿਵਾਰ ਨੂੰ ਵੀ ਦੇਖਿਆ ਤੇ ਮੈਂ ਫਿਰ ਵੀ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਪਰ ਅਸਲ ਵਿੱਚ ਉਸ ਤੋਂ ਬਾਅਦ ਮੈਂ ਹਰ ਜਿਹੜੇ ਆਪਣੇ ਪੱਧਰ ਤੇ ਮੇਰੇ ਕੰਮ ਦੀ ਪ੍ਰਸ਼ੰਸਾ ਹੋਈ ਹੈ ਤੇ ਮੈਨੂੰ ਕੀ ਉਸ ਪ੍ਰਸ਼ੰਸਾ ਜੇ ਜੇ ਮੋਦੀ ਨੇ ਮੇਰੀ ਪ੍ਰਸ਼ੰਸਾ ਕਰਤੀ ਤਾਂ ਉਹਦਾ ਮੈਨੂੰ ਆਫਲ ਮਿਲਣਾ ਚਾਹੀਦਾ ਸੀ ਜੇ ਮੇਰੀ ਕੈਨੇਡਾ ਦੀ ਪਾਰਲੀਮੈਂਟ ਪਰ ਪ੍ਰਸ਼ੰਸਾ ਹੋਈ ਤਾਂ ਉਹਦਾ ਮੈਨੂੰ ਆਫਲ ਮਿਲਣਾ ਚਾਹੀਦਾ ਸੀ ਜੇ ਮੈਨੂੰ ਅਮਰੀਕਾ ਦੇ ਲੋਕ ਕਹਿੰਦੇ ਸੀ ਕਿ ਤੁਹਾਡੇ ਕੰਮ ਦਾ ਇੰਨਾ ਵਧੀਆ ਸਿਸਟਮ ਆ ਜਾ ਮੈਨੂੰ ਲੋਕਾਂ ਨੂੰ ਮੈਂ ਦਿੱਲੀ ਦੇ ਆਨੂ ਜਾਂ ਬਾਹਰ ਦੇ ਜਿਹਨਾਂ ਹਰਿਆਣੇ ਤੋਂ ਬਹੁਤ ਸਾਰੇ ਲੀਡਰ ਨੂੰ ਫੋਨ ਕਰਦੇ ਸੀ ਹਿਮਾਚਲ ਦੇ ਕਰਦੇ ਸੀ ਜਾਂ ਰਾਜਸਥਾਨ ਦੇ ਕਰਦੇ ਸੀ ਉਹਨਾਂ ਨੂੰ ਮੈਂ ਇੱਥੇ ਬੈੱਡ ਦਿੱਤੇ ਉਹਨਾਂ ਦਾ ਕਿ ਮੈਂ ਕੋਈ ਗਨਾ ਕੀਤਾ ਕਿ ਮੈਂ ਜੇ ਪਿੰਡ ਪੱਧਰ ਤੇ ਮੈਂ ਲੋਕਾਂ ਦੇ ਘਰ ਤੱਕ ਗਿਆ ਪਚਾਈਆਂ ਪਿੰਡ ਪੱਧਰ ਦੇ ਲੋਕਾਂ ਦੇ ਨਾਲ ਫੋਨ ਕਰਕੇ ਗੱਲ ਕੀਤੀ ਤੇ ਲੋਕਾਂ ਦੀ ਗੱਲ ਸੁਣੀ ਕਿ ਮੈਂ ਕੋਈ ਪਾਪ ਕੀਤਾ ਸੀ ਸੁਣਨ ਦੇ ਵਿੱਚ ਆ ਰਿਹਾ ਹੈ ਚਰਚਾਵਾਂ ਨੇ ਇਹ ਗੱਲਾਂ ਕਿ ਜਿਹੜੇ ਬੰਦੇ ਨੂੰ ਪਹਿਲਾਂ ਵੀ ਅਣਗੌਲਿਆ ਕੀਤਾ ਗਿਆ ਤੇ ਹੁਣ ਵੀ ਅਣਗੌਲਿਆ ਕੀਤੇ ਗਿਆ ਇੱਕ ਧੜਾ ਜਿਹੜਾ ਹੈ ਉਹ ਬਗਾਵਤ ਕਰੇਗਾ ਉਹ ਬਗਾਵਤ ਦਾ ਝੰਡਾ ਬਰਦਾਰ ਕੀ ਬਲਬੀਰ ਸਿੰਘ ਸਿੱਧੂ ਹੋਣਗੇ ਨਹੀਂ ਬਿਲਕੁਲ ਇਦਾਂ ਨਹੀਂ ਹੁੰਦਾ ਹੁੰਦਾ ਇੱਕ ਬਗਾਵਤ ਇਦਾਂ ਨਹੀਂ ਕਿਉਂਦੀ ਕਰਦੇ ਲੇਕਿਨ ਅਸੀਂ ਪਹਿਲਾਂ ਆਪਣੀ ਗੱਲ ਕਰਾਂਗੇ ਜੇ ਸਾਡੇ ਕੋ ਗੱਲ ਕੋਈ ਨਹੀਂ ਸੁਨੇਗਾ ਉਸ ਤੋਂ ਵੱਧ ਆਲਾ ਬੰਦਾ ਕੋਈ ਬੰਦਾ ਆਪਾਂ ਨੂੰ ਮੈਂ ਪੋਲੀਟੀਕਲ ਬੰਦਾ ਹੈ ਮੈਂ ਲੋਕਾਂ ਨੂੰ ਜਵਾਬ ਦੇ ਹੈਗਾ ਇਹ ਲੋਕਤੰਤਰ ਦੇ ਵਿੱਚ ਇਹ ਮੈਨੂੰ ਰਾਈਟ ਹੈਗਾ ਕਿ ਮੈਂ ਆਪਣੀ ਗੱਲ ਪੂਰੇ ਜੋਰ ਨਾਲ ਨਵਜੋਤ ਸਿੰਘ ਸਿੱਧੂ ਨਾਲ ਕੋਈ ਮਲਾਲ ਨਹੀਂ ਨਹੀਂ ਮੇਰਾ ਕਿਸੇ ਨਾਲ ਕੋਈ ਮਲਾਲ ਨਹੀਂ ਮੇਰਾ ਚੰਨੀ ਨਾਲ ਕੋਈ ਮਲਾਲ ਨਹੀਂ ਮੇਰਾ ਕਿਸੇ ਮੇਰਾ ਮਲਾਲ ਹਾਈ ਕਮਾਂਡ ਨਾਲ ਹੈ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਮੇਰਾ ਕੰਮ ਦੇ ਉਸ ਵਾਰ ਮੇਰਾ ਬੋਲ ਪਾਉਂਦੇ ਜੀ ਸੋ ਇਸ ਹਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਜਿਨ੍ਹਾਂ ਦਾ ਸਿੱਧਾ ਮਲਾਲ ਜਿਹੜਾ ਹੈ ਉਹ ਹਾਈ ਕਮਾਂਡ ਨਾਲ ਜਿਨ੍ਹਾਂ ਨੇ ਇੱਕ ਨਹੀਂ ਸੁਣੀ ਕੰਮ ਦੀ ਕਦਰ ਨਹੀਂ ਜਾਣੀ ਤੇ ਉਹਨਾਂ ਨੇ ਬਿਨਾ ਸੁਣੇ ਬਿਨਾ ਪੁੱਛੇ ਬਾਹਰ ਕਰ ਦਿੱਤਾ ਕੈਮਰਾਮੈਨ प्रमोद ਦੇ ਨਾਲ ਨਵਜੋਤ ਸਿੰਘ ਢਾਲੀਵਾਲ ਜੀ ਮੀਡੀਆ ਚੰਡੀਗੜ੍ਹ